ਅਸਲਾਮੁਅਲੈਕੁਮ ਜੀ ਮੇਰੇ ਸਾਰੇ ਚਾਹਣ ਵਾਲਿਆਂ ਨੂੰ ਮੇਰੇ ਸਬਸਕ੍ਰਾਈਬਰਾਂ ਨੂੰ ਅੱਲਾਹ ਪਾਕ ਤੁਹਾਨੂੰ ਸਾਰਿਆਂ ਨੂੰ ਆਪਣੇ ਜਦੋਂ ਮਾਨ 'ਚ ਰੱਖੇ। ਤਾਹਿਰ ਭਾਈ ਨੇ ਪਹਿਲੇ ਕਮੈਂਟ ਕੀਆ ਔਰ ਪੁੱਛਿਆ ਕਿ ਜੀ ਆਪ ਉਨਸੇ ਰੇਟ ਵਗੈਰਾ ਵੀ ਪੁੱਛਾ ਕਰੇ। ਫਿਰ ਮਿਰਜ਼ਾ ਤਨਵੀਰ ਭਾਈ ਨੇ ਮੁਝੇ ਕਮੈਂਟ ਕੀਆ, ਮੈਂ ਵੀ ਬੈਠਾ ਹੁਆ ਥਾ ਤੋ ਮੈਨੇ ਕਿਹਾ ਚਲੋ ਵੀਡੀਓ ਕੇ ਜ਼ਰੀਏ ਆਪਕੋ ਮੈਂ ਇਨਫੋਰਮੇਸ਼ਨ ਦੇਤਾ ਹੂੰ। ਤੋ ਪੰਜਾਬੀ ਮੈਂ ਬੋਲਤਾ ਹੂੰ ਜਨਾਬ ਕਿ ਉੱਥੇ ਮੈਂ ਵੀਡੀਓ ਬਣਾਉਣ ਵਾਸਤੇ ਗਿਆ ਸੀ। ਮੈਂ ਸਭ ਨਾਲੋਂ ਪਹਿਲਾਂ ਇੱਕ ਸਵਾਲ ਇਹੋ ਹੀ ਕੀਤਾ ਸੀ ਉਹਨੂੰ, ਮੈਂ ਕਿਹਾ ਯਾਰ ਤੂੰ ਖਾਨ ਦੱਸ ਦਿੰਦਾ ਰੇਟ ਵਗੈਰਾ ਵੀ ਦੱਸਿਆ ਕਰ। ਅਤੇ ਉਹਨੇ ਇਹ ਗੱਲ ਕੀਤੀ, ਉਹਨੇ ਕਿਹਾ ਮੰਡੀਆਂ ਦੇ ਵਿੱਚ ਔਨ ਕੈਮਰਾ ਜਿਹੜਾ ਨਾ ਸਾਡਾ ਰੇਟ ਹੋਰ ਹੁੰਦਾ। ਅਗਰ ਵਾਕਈ ਕੋਈ ਬੰਦਾ ਖਵਾਹਿਸ਼ਮੰਦ ਹੈ ਲੈਣ ਵਾਲਾ ਤਾਂ ਮੇਰਾ ਵੀਡੀਓ ਦੇ ਵਿੱਚ ਨੰਬਰ ਹੈਗਾ, ਕਿਉਂਕਿ ਮੰਡੀਆਂ ਦੇ ਵਿੱਚ ਤੁਹਾਨੂੰ ਪਤਾ ਕਿ ਕੈਮਰੇ ਦੇ ਔਨ 5 ਲੱਖ 6 ਲੱਖ 4 ਲੱਖ ਉਹ ਇਹ ਰੇਟ ਹੈ। ਲੇਕਿਨ ਉਹ ਕਹਿੰਦਾ ਕਿ ਇਹ ਪਰਦੇ ਵਾਲੀ ਗੱਲ ਹੈਗੀ ਹੈ ਅਤੇ ਪਰਦੇ ਦੇ ਵਿੱਚ ਤੁਸੀਂ ਰਹਿਣ ਦਿਓ, ਕਿ ਜਿਹੜਾ ਵਾਕਈ ਕੋਈ ਖਵਾਹਿਸ਼ਮੰਦ ਹੈਗਾ ਨਾ ਮੈਨੂੰ ਫੋਨ ਕਰਕੇ ਅਤੇ ਮੇਰੇ ਕੋਲ ਪੁੱਛ ਲਵੇ, ਮੈਂ ਉਹਨੂੰ ਉਹ ਰੇਟ ਦੱਸ ਦਿਆਂਗਾ। ਇਵੇਂ ਇਸ ਤਰ੍ਹਾਂ ਕਿ ਮੈਂ ਜੇਕਰ ਮੈਂ ਰੇਟ ਦੱਸਣਾ ਲੋਕ ਫਿਰ ਲੈਣ ਵਾਲੇ ਕਈ ਵੀ ਨਹੀਂ ਹੁੰਦੇ, ਕਿਉਂਕਿ ਵੀਡੀਓ ਦੇ ਵਿੱਚ ਮੈਂ ਨੰਬਰ ਦੱਸ ਤਾਂ ਦੇਣਾ, ਲੋਕਾਂ ਨੂੰ ਫੋਨ ਕਰ ਕਰਕੇ ਜਿਹੜੇ ਚਸਕੇ ਲੈਣ ਵਾਲੇ ਬੰਦੇ ਨੇ ਉਹ ਚਸਕਾ ਲੈਣ ਵਾਸਤੇ ਮੈਨੂੰ ਜਿਹੜਾ ਨਾ ਦਿਨ ਰਾਤ ਤੰਗ ਕਰਦੇ ਰਹਿੰਦੇ ਨੇ। ਤੁਹਾਡੀ ਮਿਹਰਬਾਨੀ ਹੈ, ਤੁਸੀਂ ਮੇਰੇ ਕੋਲੋਂ ਜਿਹੜਾ ਨਾ ਉਹ ਨੰਬਰ ਲੈ ਲਵੋ, ਵੀਡੀਓ ਦੇ ਵਿੱਚ ਦੇ ਦਿਓ ਤੁਸੀਂ। ਅਤੇ ਜਿਹੜਾ ਹੈਗਾ ਅਗਰ ਵਾਕਈ ਕੋਈ ਖਵਾਹਿਸ਼ਮੰਦ ਹੈ ਕੋਈ ਲੈਣ ਵਾਲਾ ਹੈਗਾ ਅਤੇ ਉਹ ਫਿਰ ਮੈਨੂੰ ਕਾਲ ਕਰ ਲਵੇ, ਮੈਂ ਚੁੱਪ ਕਰਕੇ ਜਿਹੜਾ ਹੈਗਾ ਅਤੇ ਉਹਨਾਂ ਨੂੰ ਦੱਸ ਦਿਆਂਗਾ। ਅਤੇ ਮਿਰਜ਼ਾ ਤਨਵੀਰ ਭਾਈ ਔਰ ਜੋ ਹੈ ਨਾ ਤਾਹਿਰ ਭਾਈ, ਉਹ ਆਪ ਅਗਰ ਵਾਕਿਆ ਕੋਈ ਖਵਾਹਿਸ਼ਮੰਦ ਹੈ ਲੈਣੇ ਕੇ ਤੋ ਆਪ ਵੀਡੀਓ ਕੇ ਜੋ ਹੈ ਅੰਦਰ ਹੀ ਉਸਕਾ ਨੰਬਰ ਵੀ ਦਿਆ ਹੁਆ ਹੈ, ਤੋ ਆਪ ਉਨਸੇ ਰਾਬਤਾ ਕਰ ਲੇ, ਡਾਇਰੈਕਟ ਹੀ ਆਪ ਬਾਤ ਕਰ ਲੇ ਕਿ ਯੇ ਬਛੇਰਾ ਜੋ ਨਵਾਜ਼ ਭਾਈ ਕੋ ਆਪਣੇ ਵੀਡੀਓ ਮੇਂ, ਅਤੇ ਸਾਰੀ ਗੱਲਬਾਤ ਮਾਸ਼ਾਅੱਲਾ ਤੁਹਾਡੀ ਹੋ ਜਾਏਗੀ। ਅਤੇ ਮਜ਼ੀਦ ਜਿਹੜਾ ਹੈਗਾ ਮੈਂ ਬੜੀ ਕੋਸ਼ਿਸ਼ ਕਰਨਾ ਕਿ ਉਹਨਾਂ ਕੋਲੋਂ ਨੰਬਰ ਮੈਂ ਲਵਾਂ, ਜਿਹੜੇ ਮੈਂ ਨੰਬਰ ਦੇ ਦਿੰਦੇ ਨੇ ਇਹ ਨਹੀਂ ਕਿ ਮੈਂ ਪੁੱਛਦਾ ਨਹੀਂ, ਮੈਂ ਪੁੱਛਦਾ ਨੰਬਰ ਉਹਨਾਂ ਕੋਲੋਂ, ਯਾਰ ਨੰਬਰ ਵੀ ਦੇ ਦਿਓ। ਮਗਰ ਉਹਨੂੰ ਕੋਈ ਜ਼ਬਰਦਸਤੀ ਅਗਰ ਨਹੀਂ ਮੈਨੂੰ ਨੰਬਰ ਦਿੰਦਾ ਤਾਂ ਮੈਂ ਤਾਂ ਸਮਝੋ ਕਿ ਉਹਨਾਂ ਕੋਲੋਂ ਵੀਡੀਓ ਬਣਾਉਣ ਵਾਸਤੇ ਜਾਂਦਾ, ਫਿਰ ਮੇਰੀ ਜ਼ਿਆਦਾ ਇਸਰਾਰ ਤਾਂ ਮੈਂ ਨਹੀਂ ਉਹਨਾਂ ਦੇ ਨਾਲ ਕਰ ਸਕਦਾ। ਅਤੇ ਇਹ ਇਸ ਹਾਲਾਤ ਦੇ ਵਿੱਚ ਤਾਂ ਮੈਨੂੰ ਕੋਈ ਬੁਲਾ ਕੇ ਕਹਿ ਦਿੰਦਾ ਕਿ ਇਹ ਜਾਨਵਰ ਹੈਗਾ ਤੁਸੀਂ ਵੀਡੀਓ ਵਗੈਰਾ ਬਣਾ ਲਓ, ਅਤੇ ਮੇਰੇ ਵਾਸਤੇ ਤਾਂ ਇੰਨਾ ਵੀ ਬਹੁਤ ਹੈ। ਮੈਂ ਇਹਨਾਂ ਵੀ ਚਲੋ ਕੁਛ ਨਾ ਕੁਛ ਤੁਹਾਨੂੰ ਜਿਹੜਾ ਨਾ ਉਹ ਮਿਲਦਾ ਰਹੇ, ਮਜ਼ੀਦ ਜਿਹੜਾ ਹੈਗਾ ਤੁਹਾਡੇ ਵਾਸਤੇ ਦੁਆਗੋ ਹੋਏ ਨਾ, ਅੱਲਾਹ ਪਾਕ ਤੁਹਾਨੂੰ ਮੌਜੂਦਾ ਹਾਲਾਤ ਦੇ ਵਿੱਚ ਆਪਣੀ ਆਪਣੀ ਹਿਫਜ਼ੋ ਅਮਾਨ 'ਚ ਰੱਖੇ, ਅਤੇ ਜਦ ਚਾਹਾਂ ਜੀ ਅੱਲਾਹ।